हर की कथा
हर की कथा
जेड़े पछाणदे ने
ਉਹਨਾਂ ਦੇ ਸਾਹਮਣੇ ਪਿਆ ਹੋਇਆ ਹੀਰਾ ਕਿਸੇ ਕੰਮ ਦਾ ਨਹੀਂ। ਗੁਰਬਾਣੀ ਨੇ ਵੀ ਆਖ ਦਿੱਤਾ ਇੱਕ ਅਚੁੱਪ ਹੋ ਦੇਖਿਆ ਕਹਿਣ ਲੱਗੇ ਇੱਕ ਅਸਚਰਜ ਦਾ ਕੌਤਕ ਵੇਖਿਆ। ਲੋਕ ਹੀਰਾ ਵੇਖਣ ਨੂੰ ਤਰਸਦੇ ਨੇ, ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ, ਪਰ ਕਿਸੇ ਦੁਕਾਨ ਤੇ ਹੱਟੀ ਤੇ ਹੀਰਾ ਵਿਕ ਰਿਹਾ ਸੀ ਪਰ ਵਪਾਰੀ ਕੋਈ ਨਹੀਂ ਸੀ, ਵੇਚਣ ਵਾਲਾ ਲੋੜਵੰਦ ਸੀ। ਉਹ ਕਹਿੰਦਾ ਸੀ ਚਲੋ ਜਿਸ ਭਾਵ ਵਿੱਚ ਅੱਜ ਦੀ ਲੋੜ ਪੂਰੀ ਹੋਵੇ ਜੋ ਵੇਚ ਦਿਓ, ਪਰ ਖਰੀਦਦਾਰ ਕੋਈ ਨਹੀਂ ਸੀ ਜਿਹੜਾ ਉਹਦੀ ਨੂੰ ਪਛਾਣੇ, ਉਹਦੀ ਵੈਲਿਊ ਜਾਣੇ, ਉਹਦੀ ਕੀਮਤ ਪਾਵੇ। ਨਤੀਜਾ ਇਹ ਨਿਕਲਿਆ ਹੀਰਾ ਕੌੜੀਆਂ ਦੇ ਭਾਅ ਵਿੱਚ ਗਿਆ। ਕਹਿਣ ਲੱਗੇ ਇੱਕ ਅਚੰਭ ਹੋ ਦੇਖਿਆ ਹੀਰਾ ਹਾਟ ਬਿਖਾਏ, ਹੀਰਾ ਹਾਟ ਬਿਖਾਏ। ਗੁਰਬਾਣੀ ਅੰਦਰ ਇੱਕ ਹੋਰ ਸਮੇਂ ਪੜਾ ਗੰਭੀਰ ਸ਼ਬਦ ਆਇਆ ਤੇ ਕਹਿੰਦੇ ਹੀਰਾ ਲਾਲ ਅਮੋਲਕ ਹੈ ਬਾਰੀ, ਲਾਲ ਹੀਰੇ, ਹੀਰੇ ਲਾਲ ਬੜੇ ਅਮੋਲਕ ਵਸਤੂ ਹਨ, ਪਰ ਜੇ ਉਹਨਾਂ ਦਾ ਖਰੀਦਦਾਰ ਕੋਈ ਨਾ ਹੋਵੇ, ਉਹਨਾਂ ਨੂੰ ਪਛਾਣਨ ਵਾਲਾ ਕੋਈ ਨਾ ਹੋਵੇ ਤੇ ਉਹਨਾਂ ਦੀ ਵੈਲਿਊ ਖਤਮ ਹੋ ਜਾਂਦੀ। ਹੀਰਾ ਲਾਲ ਅਮੋਲਕ ਹੈ ਬਾਰੀ, ਪਰ ਨਾਲ ਅਗਲੀ ਲਾਈਨ ਵਿੱਚ ਆਖਣ ਲੱਗੇ ਬਿਨ ਗਾਹਕ ਬੀਕਾ ਕਾਖਾ, ਕਾਖਾ ਤੋਂ ਭਾਵ ਕੱਖ, ਜਿਹੜੀ ਚੀਜ਼ ਫਰੀ ਪਾਉਂਦੇ ਭਾੜੇ ਜਾ ਰਹੀ ਹੋਵੇ ਨਾ, ਜਿੰਦੀ ਕੀਮਤ ਨਾ ਹੋਵੇ, ਉਹਨਾਂ ਲੋਕਾਂ ਦੇ ਕੱਖਾਂ ਦੇ ਭਾਅ ਵਿਕ ਗਏ। ਲੱਖਾਂ ਦੀ ਚੀਜ਼ ਕੱਖਾਂ ਦੇ ਭਾਅ ਵਿਕ ਗਈ, ਬੜੀ ਕਹਾਵਤਾਂ ਬਣੀਆਂ, ਚੀਜ਼ ਲੱਖਾਂ ਦੀ ਪਰ ਕੋਈ ਵਪਾਰੀ ਨਹੀਂ ਇਸ ਲਈ ਕੱਖਾਂ ਦੇ ਭਾਅ ਵਿਕ ਗਏ। ਤੇ ਗੁਰੂ ਨੇ ਵੀ ਇਹ ਮੁਹਾਵਰਾ ਵਰਤਿਆ, ਕਹਿਣ ਲੱਗੇ ਅਮੋਲਕ ਹੈ ਬਾਰੀ, ਬਿਨ ਗਾਹਕ ਬਿਨ ਗਾਹਕ ਮੀਕਾ ਕਾਖਾ। ਪਰ ਕਹਿਣ ਲੱਗੇ ਜੇ ਉਹ ਹੀਰਾ ਗੁਰੂ ਸਾਹਿਬ ਕੋਲ, ਇੱਥੇ ਇੱਕ ਲਫ਼ਜ਼ ਨਾਲ ਐਡ ਕਰਦੇ ਹਾਂ, ਨਾਲ ਹੀ ਲਫ਼ਜ਼ ਦੋਵਾਂ ਲਾਈਨਾਂ ਵਿੱਚ ਦੋ ਵਾਰ ਵਰਤਿਆ ਨੇ ਤੇ ਸਾਬਤ ਕਰ ਦਿੱਤਾ ਨੇ ਕਿ ਸਾਧ ਚੋਲਿਆਂ ਵਾਲਾ ਨਹੀਂ ਹੁੰਦਾ, ਸਾਧ ਡੇਰਿਆਂ ਵਾਲਾ ਨਹੀਂ ਹੁੰਦਾ। ਇਹ ਸਾਧ ਸ਼ਬਦ ਗੁਰੂ ਲਈ ਵਰਤਿਆ ਗਿਆ, ਕਿਸੇ ਵੀ ਦੋਨੋਂ ਵਾਰ ਲਫ਼ਜ਼ ਗੁਰ ਤੇ ਸਾਧ ਇਕੱਠਾ ਕੀਤਾ ਨੇ। ਕਹਿੰਦੇ ਰਤਨ ਗਾਹਕ ਗੁਰ ਸਾਧੂ ਦੇਖਿਓ, ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾਂ। ਬਿਨਾਂ ਗਾਹਕ ਤੋਂ ਕੱਖਾਂ ਦੇ ਭਾਅ ਵਿਕ ਰਿਹਾ ਸੀ, ਬਿਨ ਗਾਹਕ ਬੀਕਾ ਕੱਖਾਂ। ਪਰ ਜਦੋਂ ਗੁਰੂ ਨੇ ਪਛਾਣ ਕੀਤੀ ਰਤਨ ਦੀ ਤੇ ਸਾਨੂੰ ਵੀ ਪਛਾਣ ਕਰਾਂ, ਆ ਉਸ ਸ਼ਬਦ ਦੇ ਨਾਲ ਬੜਾ ਮੇਲ ਖਾਂਦਾ ਸਵਾਲ ਹੈ। ਜਦੋਂ ਗੁਰੂ ਸਾਧੂ ਨੇ ਉਸ ਰਤਨ ਨੂੰ ਵੇਖਿਆ ਤੇ ਉਹਨੇ ਵੇਖਿਆ ਤੇ ਗਾਹਕ ਬਣਿਆ, ਇਹ ਰਤਨ ਤਾਂ ਕੀਮਤੀ ਹੈ। ਹੁਣ ਉਹ ਰਤਨ
ਜਿਹੜਾ ਕੱਖਾਂ ਦੇ ਭਾਰ ਵਿਕ ਰਿਹਾ ਸੀ ਉਹ ਲੱਖਾਂ ਦੇ ਭਾਰ ਤੇ ਆ ਗਿਆ। ਰਤਨ ਗਾਹਕ ਗੁਰ ਸਾਧੂ ਵੇਖਿਓ ਤਬ ਰਤਨ ਵਿਕਾਨੋ ਲਾਖਾ। ਹੋਰ ਸਵਾਲ ਆਇਆ ਕਿ ਰਤਨ ਹੈ ਕਿੱਥੇ ਸੀ, ਸਾਨੂੰ ਤੁਹਾਨੂੰ ਪਹਿਲੇ ਕਿਉਂ ਨੀ ਪਛਾਣ ਹੋਈ। ਮੇਰੇ ਮਨ ਗੁਪਤ ਹੀਰ ਹਰ ਰਾਖਾ। ਇਸ ਸ਼ਬਦ ਵਿੱਚ ਵੀ ਇਹ ਗੱਲ ਆਈ ਹੈ, ਗੁਪਤਾ ਹੀਰਾ ਪ੍ਰਗਟ ਹੋਇਆ ਹੋ ਗਿਆ। ਆਖਰੀ ਲਾਈਨ ਇਹ ਹੋਈ ਹੈ, ਇਹਦਾ ਮਤਲਬ ਹੀਰਾ ਗੁਪਤ ਹੈ ਔਰ ਹੈ ਵੀ ਬਾਰ ਬਾਰ ਕਿਉਂ ਆ ਰਿਹਾ, ਕਿਉਂਕਿ ਹੀਰਿਆਂ ਨੂੰ ਹਮੇਸ਼ਾ ਲੋਕ ਛੁਪਾ ਕੇ ਹੀ ਰੱਖਦੇ ਨੇ। ਹੀਰਿਆਂ ਨੂੰ ਲੋਕ ਕਦੀ ਰੇਹੜੀਆਂ ਤੇ ਨਹੀਂ ਵੇਚਦੇ, ਤਜੋਰੀਆਂ ਵਿੱਚ ਰੱਖਦੇ ਨੇ, ਪਹਿਲਾਂ ਵੇਖਦੇ ਨੇ ਗਾਹਕ ਹੈ ਇਹ ਲੋੜਵੰਦ ਹੈ, ਛਾਣ ਵਾਲਾ ਹੈ, ਕਿਤੇ ਸਮਾਂ ਲਾਇਆ ਕਰਨ ਵਾਲੇ ਤੇ ਨਹੀਂ। ਜੇ ਤਸੱਲੀ ਹੋ ਜਾਏ ਗਾਹਕ ਹੈ ਤਾਂ ਤਜੋਰੀ ਵਿੱਚੋਂ ਕੱਢ ਕੇ ਥੋੜੇ ਸਮੇਂ ਲਈ ਦਿਖਾਉਂਦੇ ਨੇ, ਰੱਖਦੇ ਗੁਪਤ। ਇਸੇ ਲਈ ਉਸ ਸ਼ਬਦ ਵਿੱਚ ਵੀ ਤੇ ਅੱਜ ਵਾਲੇ ਸ਼ਬਦ ਵਿੱਚ ਇਹਦੇ ਨਾਲ ਗੁਪਤ ਰਹੁ ਵਰਤਿਆ ਗਿਆ। ਮੇਰੇ ਮਨ ਗੁਪਤ ਹੀਰ ਹਰ ਰਾਖਾ। ਗੁਪਤ ਕੀਤੀ ਚੀਜ਼ ਹੈ, ਗੁਪਤ ਹੀ ਰੱਖਣੀ ਸੀ। ਮਨ ਦਾ ਖਿਆਲ ਹੁੰਦਾ ਹੈ ਸਮਾਂ ਪਹਿਲਾਂ ਸਿੱਖੀ ਵਿੱਚ ਵੀ ਕਨਫਿਊਜ਼ਨ ਪੈਦਾ ਕਰਨ ਲਈ, ਵੱਖ ਵੱਖ ਇਹਨੂੰ ਡਿਵਾਈਡ ਕਰਨ ਲਈ ਬਹੁਤ ਕੁਝ ਹੋ ਰਿਹਾ। ਤਾਂ ਪੰਜ ਚਾਰ ਸਾਲ ਪਹਿਲਾਂ ਪਹਿਲੀ ਵਾਰ ਪੱਛੜੀਆਂ ਸ਼੍ਰੇਣੀਆਂ ਜਿਹਨਾਂ ਨੂੰ ਆਖਦੇ ਗੁਰਮਤ ਵਿੱਚ ਕੋਈ ਪੱਛੜੀ ਸ਼੍ਰੇਣੀ ਹੈ, ਉਹਨਾਂ ਦੇ ਮਨ ਵਿੱਚ ਭਰਮ ਪੈਦਾ ਕੀਤਾ ਗਿਆ ਕਿ ਤੁਹਾਡਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਝਗੜਾ ਵੀ ਖੜਾ ਹੋਇਆ, ਇੱਥੇ ਨਜ਼ਦੀਕ ਹੀ ਸ਼ਹਿਰ ਹੈ, ਆਪਣੇ ਹੀ ਸਾਹਿਬ, ਉੱਥੇ ਬੰਦਾ ਸਥਾਨ ਹੈ ਬਰਲਿੰਗਟਨ ਗੁਰਦੁਆਰਾ ਸਾਹਿਬ, ਉੱਥੇ ਉਹਨਾਂ ਦਾ ਕੋਈ ਸਾਧੂ ਆਇਆ ਤੇ ਉਹਨੇ ਇਸ ਗੱਲ ਨੂੰ ਜ਼ਿਆਦਾ ਤੂਰ ਦੀ ਕਿ ਬਕਾਇਦਾ ਨਿਸ਼ਾਨ ਸਾਹਿਬ ਬਦਲਵਾ ਦਿੱਤਾ ਉੱਥੇ ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਖੰਡਾ ਲੱਗਾ ਸੀ ਤਾਂ ਕਿ ਸਿੱਖਾਂ ਨਾਲ ਸਾਡਾ ਮੇਲ ਨਾ ਰਹੇ, ਜਿਹੜਾ ਖੰਡਾ ਲੱਗਾ ਸੀ ਉਹ ਲਵਾ ਦਿੱਤਾ, ਉਹਦੀ ਥਾਂ ਤੇ ਹਾਰ ਲਫ਼ਜ਼ ਉਹ ਲਾਉਂਦੇ ਨੇ, ਹਾਰ ਲਫ਼ਜ਼ ਉੱਪਰ ਲਵਾ ਦਿੱਤਾ। ਮੈਨੂੰ ਉਹਨਾਂ ਨੇ ਕ੍ਰਿਸ਼ਨ ਬਾਦ ਬੁਲਾਇਆ ਵਾਸਤੇ ਗਏ। ਮੈਂ ਇਸ ਸੰਬੰਧ ਵਿੱਚ ਬੋਲਦਿਆਂ ਇੱਕ ਗੱਲ ਕੋਈ ਬੋਲਿਆ, ਮੈਂ ਤੁਹਾਨੂੰ ਸਿਰਫ ਇਹ ਨਹੀਂ ਦੇਣਾ ਫਲ ਦੱਸਣਾ ਚਾਹੁੰਦਾ, ਖੰਡਾ ਇੱਕ ਸ਼ਸਤਰ ਹੈ, ਇੱਕ ਹਥਿਆਰ ਹੈ, ਸਾਡਾ ਰੱਬ ਨਹੀਂ ਸਾਡੇ ਗੁਰੂ ਜੀ, ਉਹ ਸਾਡੀ ਆਈ ਡੀ ਵਾਂਗੂ ਪਛਾਣ ਵਾਂਗੂ ਬਾਹਰ ਬੋਰਡ ਤੇ ਲੱਗ ਸਕਦਾ, ਉੱਪਰ ਨਿਸ਼ਾਨ ਸਾਹਿਬ ਦੇ ਟੰਗਿਆ ਜਾ ਸਕਦਾ। ਹਰ ਲਫ਼ਜ਼ ਸਾਡਾ ਰੱਬ ਹੈ, ਉਹ ਸਾਡਾ ਹੀਰਾ ਹੈ, ਹਰ ਹੀਰਾ ਗੁਰੂ ਨੇ ਬਾਣੀ ਵਿੱਚ ਰੱਖਿਆ, ਹਰ ਹੀਰਾ ਜਨ ਜੌਹਰੀ ਲੈ ਕੇ ਮਾਂਡੇ ਹਾਟ, ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ। ਹਰ ਹੀਰਾ ਜਣ ਜੌਹਰੀ, ਤੇ ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਇੱਕ ਸ਼ਸਤਰ ਨੂੰ ਲਾ ਕੇ ਰੱਬ ਨੂੰ ਹੀ ਤੇ ਟੰਗ ਛੱਡਿਆ ਜਾਵੇ,
ਜਿਹੜਾ ਸੰਭਾਲ ਕੇ ਰੱਖਣ ਵਾਲਾ ਸੀ, ਜਿਹਦੇ ਬਾਰੇ ਗੁਰੂ ਆਖ ਰਿਹਾ ਆਮ ਧਰਤੀ ਤੇ ਵੀ ਨਹੀਂ, ਗੁਰਦੁਆਰਿਆਂ ਵਿੱਚ ਵੀ ਨਹੀਂ, ਬਲਕਿ ਕਹਿਣਗੇ ਹਿਰਦੇ ਚ ਸੰਭਾਲ ਕੇ ਰੱਖ। ਜੇ ਸਾਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਣਾ ਸੀ ਹਿਰਦੇ ਦੀ ਕੋਠੜੀ ਵਿੱਚ, ਉਹਨੂੰ ਤੁਸੀਂ ਨਿਸ਼ਾਨ ਸਾਹਿਬ ਦੇ ਉੱਪਰ ਟੰਗ ਛੱਡਿਆ। ਉਹ ਜਿਹਨਾਂ ਨੇ ਮੈਂ ਕਿਹਾ ਮਰਿਆਦਾ ਬਣਾਈਆਂ ਸਨ, ਬੜਾ ਸੋਚ ਕੇ ਬਣਾਈਆਂ ਸਨ ਵੀ ਇੱਥੇ ਖੰਡਾ ਹੀ ਸ਼ੋਭਦਾ, ਹਾਰ ਨਹੀਂ ਸ਼ੋਭਦਾ। ਖਿਆਲ ਕਰਿਓ, ਪਤਾ ਨਹੀਂ ਉਹਨਾਂ ਨੇ ਉਹ ਗੱਲ ਮੰਨੀ, ਮੈਂ ਤਾਂ ਮੁੜ ਕੇ ਜਾਣ ਦਾ ਸਮਾਂ ਨਹੀਂ ਮਿਲਿਆ। ਗਰਜ਼ ਕਰ ਰਿਹਾ ਸਾਂ, ਇੱਕ ਖਿਆਲ ਕਰਿਓ ਕਿ ਰੱਬ ਹਰ ਹੀਰਾ ਜਿਹੜਾ ਉਹ ਗੁਪਤ ਰੱਖਦਾ, ਰੱਬ ਨੇ ਵੀ ਗੁਪਤ ਰੱਖਿਆ। ਉਹ ਹਿਰਦੇ ਦੀ ਕੋਠੜੀ ਵਿੱਚ ਰਹਿਣਾ, ਉਹਨੇ ਮਾਰਾ ਤੇ ਮੂੰਹ ਦੀ ਜ਼ਬਾਨ ਦਾ ਇੱਕ ਲਫ਼ਜ਼ ਬਣ ਕੇ ਮੇਰਾ ਬੋਲ ਦੀ ਆਵਾਜ਼ ਦਾ ਹਿੱਸਾ ਹੀ ਨਹੀਂ ਬਣਨਾ। ਇਸ ਲਈ ਕਹਿ ਦਿੱਤਾ ਰਾਮ ਰਾਮ ਸਭ ਕੋ ਕਹੇ, ਕਹਿ ਆਰਾਮ ਨਾ ਹੋਏ ਗੁਰਪ੍ਰਸਾਦੀ ਰਾਮ ਮਨਸ ਹੈ, ਅੰਦਰ ਛੁਪਾਉਣ ਦਾ ਮਸਲਾ ਹੈ। ਲੈ ਕੇ ਮਾਂਡੇ ਹਾਰਟ, ਹਾਰਟ ਭਰ ਲੈ ਪਰ ਦਰਵਾਜ਼ੇ ਤੇ ਨਾ ਲਟਕਾ। ਇਸੇ ਲਈ ਲਫ਼ਜ਼ ਇੱਥੇ ਨਾਲ ਬਾਰ ਬਾਰ ਕੁੱਪਤਾ ਆਇਆ, ਮੇਰੇ ਮਨ ਗੁਪਤ ਹੀਰ ਹਰ ਰੱਖਾ, ਦੀਨ ਦਿਆਲ ਮਿਲਾਇਓ ਗੁਰ ਸਾਧੂ, ਗੁਰ ਮਿਲੇ ਹੀਰ ਪਰਾਖਾ। ਗੁਰੂ ਹੀਰੇ ਨੂੰ ਪਰਖ ਲੈ, ਹੈ ਗੁਪਤ। ਇੱਥੋਂ ਤੱਕ ਮਸਲਾ ਤਾਂ ਆ ਗਿਆ ਪਰਖਣ ਦਾ, ਇਸ ਸ਼ਬਦ ਵਿੱਚ ਵੀ ਇਹੋ ਲੱਭਦਾ ਹੈ। ਹਰ ਕੀ ਕਥਾ ਅਨਾਹਤ ਬਾਣੀ, ਜਿਹੜਾ ਉਹਦੇ ਨਾਲ ਜੁੜਦਾ ਉਹ ਹੰਸ ਹੁੰਦਾ, ਜਿਹੜਾ ਹਰੀ ਦੀ ਸਿਫਤ ਸਲਾਹ ਤੇ ਉਹਦੀ ਅਨਾਹਤ ਬਾਣੀ ਨਾਲ ਰਿਸ਼ਤਾ ਹੀ ਨਹੀਂ ਰੱਖਦਾ, ਸੰਬੰਧ ਹੀ ਨਹੀਂ ਰੱਖਦਾ, ਉਹ ਹੰਸ ਵੀ ਨਹੀਂ ਬਣ ਸਕਦਾ। ਕਹਿਣ ਲੱਗੇ ਹਰ ਕੀ ਕਥਾ ਅਨਾਹਤ ਬਾਣੀ, ਹੰਸ ਹੋਏ ਹੀਰਾ ਦੇ ਪਛਾਣੇ। ਸ਼੍ਰੀ ਆਖਰੀ ਲੈਣ ਵਿੱਚ ਕਹਿੰਦਾ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਮ ਦੀਆ ਦਿਖਾਈ, ਜਦੋਂ ਗੁਰੂ ਨੇ ਦਿਖਾਣਾ ਹੈ ਗੁਪਤ ਹੀਰਾ ਪ੍ਰਗਟ ਕਰਕੇ ਸਾਹਮਣੇ ਰੱਖਣਾ ਹੈ, ਉਦੋਂ ਪਰਖ ਦੀ ਕਸੌਟੀ ਆਉਣੀ ਹੈ। ਹੁਣ ਪਹਿਲਾਂ ਸਭ ਤੋਂ ਇਹ ਲਫ਼ਜ਼ ਆਇਆ ਵੀ ਤੂੰ ਹੰਸ ਹੋਵੇ, ਲਾਹੌਰ ਚੁੱਕਾ। ਜੇ ਤੂੰ ਹੰਸ ਹੋਵੇ ਤਾਂ ਹੀਰੇ ਦੀ ਪਛਾਣ ਹੋਵੇ ਨਾ, ਤੇ ਹੰਸ ਬਣਨ ਲਈ ਅਨਾਹਤ ਬਾਣੀ ਸ਼ਬਦ ਨਾਲ ਜੁੜਨਾ ਜ਼ਰੂਰੀ, ਤਾਂ ਤੇਰਾ ਜੀਵਨ ਹੰਸ ਹੋਵੇ, ਪਛਾਣ ਵਾਲਾ ਹੋਵੇ। ਤੇ ਜੇ ਤੈਨੂੰ ਪਛਾਣ ਹੋਵੇ ਤਾਂ ਤੂੰ ਹੀਰੇ ਨੂੰ ਖਰੀਦੇ, ਹੀਰੇ ਨਾਲ ਸੰਬੰਧ ਰਿਸ਼ਤਾ ਕਾਇਮ ਕਰੇ। ਹੁਣ ਮਸਲਾ ਆ ਗਿਆ ਕਿ ਉਹ ਹੀਰਾ ਜਿਹੜਾ ਹੈ ਉਹਨੂੰ ਖਰੀਦ ਕੇ ਉਹਨੂੰ ਪ੍ਰਾਪਤ ਕਰਕੇ ਕਿਵੇਂ ਸਜਾਉਣਾ ਹੈ, ਕਿਵੇਂ ਸਜਾਉਣਾ ਹੈ। ਪਵਨ ਮਨ ਸਹਿਜੇ ਰਹਾ ਸਮਾਈ, ਬੜੀ ਗੰਭੀਰ ਜੀ ਫਿਲਾਸਫੀ ਦੇ ਜੋ ਜੀ ਨੇ ਕਹਿੰਦੇ ਨੇ, ਕਹਿੰਦੇ ਕਿ ਸੱਚਾਈ ਹੈ ਇਸੇ ਜਵਾਹਰੀਆਂ ਦੀ, ਹੀਰਿਆਂ ਵਾਲੀ ਡਾਇਮੰਡ ਦੀ ਦੁਕਾਨ ਤੇ ਜਾ ਕੇ ਪੁੱਛ ਲਈ ਇਹਨੇ ਪੁੱਛਿਓ ਕਿ ਹੀਰੇ ਵਿੱਚ ਜਦੋਂ ਸੁਰਾਖ ਕਰਨਾ ਹੋਵੇ ਉਹ ਵਰਮਾ ਜਿਹੜਾ ਹੀਰੇ ਵਿੱਚ ਸੁਰਾਖ ਕਰਦਾ ਹੈ ਉਹਦੀ ਮੁਖੀ ਤੇ ਅਗਲੇ ਪਾਸੇ ਹੀਰੇ ਦੀ ਹੀ ਟੁਕੜੀ ਲਗਾਈ ਜਾਂਦੀ। ਹੀਰੇ ਦੀ ਟੁਕੜੀ ਬਿਨਾ ਹੀਰੇ ਵਿੱਚ ਸੁਰਾਖ ਨਹੀਂ ਹੁੰਦਾ। ਹੀਰੇ ਨੂੰ ਹੀਰਾ ਵਿੰਨਦਾ, ਲੋਕ ਆਮ ਕਹਾਵਤ ਬਣ ਗਏ, ਮੁਹਾਵਰਾ ਬਣ ਗਿਆ, ਹੀਰੇ ਨੂੰ ਹੀਰਾ ਹੀ ਵਿੰਨਦਾ। ਗੁਰੂ ਨੇ ਬਾਣੀ ਵਿੱਚ ਵੀ ਇਹ ਗੱਲ ਬਣ ਲਈ, ਪਹਿਲਾਂ ਆਖ ਦਿੱਤੀ ਜਵਾਰੀ ਨੇ, ਡਾਇਮੰਡਸ ਵਾਲੇ ਨੇ ਵੀ ਇਹ ਗੱਲ ਅਪਣਾ ਲਈ ਕਿ ਜੇ ਇਹਦੇ ਵਿੱਚ ਕੋਈ ਸੁਰਾਖ ਕਰਨਾ ਤੇ ਸੁਰਾਖ ਕਰਨਾ ਕਿਉਂ, ਕਿਉਂਕਿ ਅਭੇਦਤਾ ਪੈਦਾ ਹੋਣੀ, ਭੇਦ ਵਿੱਚੋਂ ਹੀ ਅਭੇਦਤਾ ਹੋਣੀ। ਭੇਦ ਮਤਲਬ ਕਿਸੇ ਚੀਜ਼ ਨੂੰ ਭੇਦਣਾ,
ਉਹਦੇ ਵਿੱਚ ਸੁਰਾਖ ਕਰਦਾ। ਹੀਰੇ ਹੀਰਾ ਭੇਦ, ਹੀਰੇ ਨੇ ਹੀਰੇ ਨੂੰ ਭੇਦ। ਹੁਣ ਰੱਬ ਵੀ ਹੀਰਾ ਹੈ, ਆਪਣੇ ਤੋਂ ਪੈਸੀ ਹਰ ਹੀਰਾ ਜਣ ਜਵਰੀ। ਰੱਬ ਜੋਤ ਰੂਪ ਜਿਹੜਾ ਪਰਮਾਤਮਾ ਹੈ ਉਹ ਹੀਰਾ ਹੈ, ਉਹਦੇ ਵਿੱਚੋਂ ਨਿਕਲੀ ਹੋਈ ਹੈ ਜੋਤ ਰੂਪ ਜਿਹੜੀ ਆਤਮਾ ਹੈ, ਜੋਤੀ ਵਿੱਚੋਂ ਨਿਕਲੀ ਜੋਤ ਜਿਹੜੀ ਆਤਮਾ ਹੈ, ਇਹ ਵੀ ਹੀਰੇ ਦੀ ਟੁਕੜੀ ਹੈ। ਇਹ ਛੋਟਾ ਅੰਸ਼ ਹੈ, ਸੰਪੂਰਨ ਇਹ ਛੋਟਾ ਅੰਸ਼ ਹੈ, ਇੱਕ ਪੀਸ ਹੈ, ਛੋਟਾ ਜਿਹਾ ਟੁਕੜਾ ਹੈ ਮੁਖੀ ਤੇ ਲੱਗਣ ਵਾਲਾ। ਜੇ ਉਸ ਹੀਰੇ ਨਾਲ ਅਭੇਦ ਹੋਣਾ ਹੈ, ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ, ਤਾਂ ਇਸ ਆਤਮਾ ਨੇ ਕਰਨਾ ਹੈ। ਜਦੋਂ ਆਤਮਾ ਉਸ ਪਾਸੇ ਅਭੇਦ ਹੋਣ ਲਈ ਵਧੇਗੀ, ਮੰਨ ਲਓ ਇੱਕ ਹੀਰੇ ਦੀ ਟੁਕੜੀ ਦੂਜੇ ਹੀਰੇ ਵਿੱਚ ਪ੍ਰਵੇਸ਼ ਕਰਨਾ ਚਾਹੇਗੀ। ਬੜੀ ਗੰਭੀਰਤਾ ਨਾਲ ਇਸ ਮਸਲੇ ਨੂੰ ਪਾਲਿਆ ਨੇ। ਇਹ ਕਹਿੰਦੇ ਹੀਰੇ ਹੀਰਾ ਭੇਦ, ਹੀਰੇ ਨੇ ਹੀਰੇ ਨੂੰ ਭੇਦਿਆ, ਭਾਵ ਵੇੜ ਦਿੱਤਾ, ਸੁਰਾਖ ਕਰ ਲਿਆ, ਪਰ ਆਪ ਹੀਰਾ ਸੀ। ਤਾਂ ਜਿਹੜੀ ਜੋਤ ਜੋਤ ਵਿੱਚੋਂ ਨਿਕਲ ਕੇ ਅਹਿਸਾਸ ਕਰ ਲਏ ਕਿ ਮੇਰਾ ਠਿਕਾਣਾ ਮੇਰਾ ਅੰਸ਼ ਕਾ ਕਬੀਰ ਹਮ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ, ਜਿਹੜਾ ਆਪਣੇ ਹੀਰੇ ਅਸਲੇ ਨੂੰ ਪਛਾਣ ਲਏ ਤੇ ਉਹਦੇ ਵਿੱਚ ਅਭੇਦ ਹੋਣਾ ਚਾਹੇ, ਉਸ ਜੋਤ ਨੇ ਉਸ ਜੋਤ ਨੂੰ ਵਿੰਡ ਲਿਆ, ਉਹਦੇ ਵਿੱਚ ਪ੍ਰਵੇਸ਼ ਕਰ ਗਈ। ਜਦੋਂ ਮੁਖੀ ਜਿਹੜੀ ਹੈ ਵਰਮੇ ਦੇ ਅੱਗੇ ਲੱਗਦੀ ਹੈ ਤੇ ਉਹ ਫਿਰ ਉਸ ਅਸਲ ਹੀਰੇ ਜਿਹਨੂੰ ਵਿੰਡਣਾ ਹੁੰਦਾ ਹੈ ਉਹਦੇ ਵਿੱਚ ਪ੍ਰਵੇਸ਼ ਕਰਦੀ ਹੈ, ਅਭੇਦ ਹੁੰਦੀ ਹੈ। ਕਹਿਣ ਲੱਗੀ ਹੀਰੇ ਹੀਰਾ ਭੇਦ, ਹੁਣ ਉਹਨੇ ਤੇ ਉਹਨੂੰ ਵਿੰਡ ਦਿੱਤਾ, ਵਿੱਚ ਪ੍ਰਵੇਸ਼ ਕਰ ਗਈ। ਪਰ ਇੱਕ ਹੋਰ ਅਜੀਬ ਸੁਹਾਵਣਾ ਕੰਮ ਕਰ ਗਈ ਤੇ ਉਹਦੇ ਵਿੱਚ ਇੱਕ ਰਸਤਾ ਬਣਾ ਗਈ। ਉਹ ਰਸਤਾ ਸੀ ਧਾਗੇ ਵਾਸਤੇ, ਧਾਗੇ ਵਾਸਤੇ ਜਦੋਂ ਹੀਰੇ ਨੂੰ ਸਜਾਉਣਾ ਮਾਲਾ ਬਣਾਉਣੀ, ਉਹਦੇ ਵਿੱਚ ਇੱਕ ਰਸਤਾ ਬਣੇਗਾ ਤਾਂ ਹੀ। ਤੇ ਉਹ ਕੀ ਹੈ ਪਵਨ ਮਨ, ਸਭ ਤੋਂ ਸੂਖਸ਼ਮ ਧਾਗਾ ਇਹ ਮਨ ਜਿਹੜਾ ਪਵਨ ਵਰਗਾ ਹੈ, ਕਿੱਦਾਂ ਨਹੀਂ ਇਹ ਖਿਆਲ ਕਰਿਓ। ਪਵਨ ਦੇ ਰੂਪ ਨੂੰ ਵੀ ਪਛਾਣਨਾ, ਪਵਨ ਦੀ ਹੋਂਦ ਜਿਹੜੀ ਹੈ ਪਤਾ ਹੀ ਤੱਕ ਲੱਗਦਾ ਜੇ ਚੰਗੀ ਹੋ ਗਈ, ਪਵਨ ਦੀ ਹੋਂਦ ਤਾਂ ਪਤਾ ਨਹੀਂ। ਪਵਨ ਬਿਲਕੁਲ ਰੁਕ ਜਾਏ, ਪਵਨ ਤੇ ਹਰ ਥਾਂ ਤੇ ਹੈ ਹੀ, ਜੇ ਪਵਨ ਦਾ ਵੇਗ ਰੁਕ ਜਾਏ ਚੱਲਣਾ ਰੁਕ ਜਾਏ ਤੇ ਅਸੀਂ ਕੀ ਕਹਿੰਦੇ ਹਾਂ। ਮੈਂ ਤਾਂ ਬਾਹਰ ਦੇਖਿਆ ਪਵਨ ਹੈ ਹੀ ਨਹੀਂ, ਹਵਾ ਹੈ ਨਹੀਂ, ਉਹਦੇ ਚੱਲਦਾ ਹੀ ਰੁਕਿਆ, ਆਏ ਤੇ ਸਹੀ। ਪੱਖੇ ਦੀ ਚੱਲਣਾ ਬੰਦ ਹੋ ਜਾਏ, ਸਾਡੇ ਨਾਲ ਹਵਾ ਟਕਰਾਏ ਨਾ, ਅਸੀਂ ਕਹਿੰਦੇ ਪੱਖੇ ਵਿੱਚ ਹਵਾ ਹੈ ਹੀ ਨਹੀਂ, ਪੱਖਾ ਤਾਂ ਹਵਾ ਦਿੰਦਾ ਹੀ ਨਹੀਂ। ਕਿਉਂਕਿ ਪਵਨ ਦੀ ਨਿਸ਼ਾਨੀ ਇਹ ਹੋ ਚੱਲਦੀ ਰਹੇ ਤਾਂ ਪਤਾ ਲੱਗਦਾ, ਟਕਰਾਉਂਦੀ ਹੈ ਜਿਸਮ ਨਾਲ, ਕੋਈ ਪੱਤੇ ਹਿਲਦੇ ਨੇ ਬਾਹਰ ਦੇਖੀਦਾ ਭਲਾ ਪਵਨ ਚੱਲ ਰਹੀ ਹੈ, ਪੱਤੇ ਹਿਲਦੇ ਨੇ ਸਾਨੂੰ ਅਹਿਸਾਸ ਹੋ ਜਾਂਦਾ ਕਿ ਪਵਨ ਚੱਲ ਰਹੀ ਹੈ। ਪੱਤੇ ਹਿੱਲਣ ਜਿਸਮ ਨਾਲ ਟਕਰਾਏ ਛੋਏ, ਉਹਦਾ ਚੱਲਣਾ ਉਹਦੀ ਹੋਂਦ ਦਾ ਪ੍ਰਤੀਕ ਹੈ। ਪਰ ਹੈ ਇਸੇ ਤਰ੍ਹਾਂ ਦਾ ਮਨ ਹੈ, ਮਨ ਚੱਲਦਾ ਹੈ ਰੁਕਦਾ ਨਹੀਂ, ਮਨ ਚੰਚਲ ਹੈ। ਗੁਰੂ ਨੇ ਵੀ ਬਾਣੀ ਵੀ ਕਰ ਦਿੱਤਾ, ਸੰਤੋ ਸੰਤੋ ਮਨ ਪਵਨ
ਸਮਾਧੀ ਦਾ ਮਤਲਬ ਮਨ ਹੈ ਸੀ ਪਵਨ, ਮਨ ਸੀ ਪਵਨ ਚੰਚਲ ਕਹਿੰਦਾ ਨੇ, ਪਰ ਯੋਗ ਹੈ ਟਿਕਾਓ। ਉਹ ਮਨ ਜਿਹੜਾ ਪਵਨ ਵਰਗਾ ਸੀ ਨਾ, ਉਹਦੇ ਵਿੱਚ ਕੁਛ ਕੁਛ ਯੋਗ ਵੀ ਟਿਕਾਓ ਵੀ ਸਮਾਧ ਵੀ ਆ ਗਈ, ਟਿਕ ਵੀ ਗਿਆ। ਹੁਣ ਉਹ ਟਿਕਿਆ ਕਿਵੇਂ? ਕਿਉਂਕਿ ਮਾਲਾ ਵਿੱਚ ਆ ਗਿਆ। ਮਾਲਾ ਵਿੱਚ ਧਾਗਾ ਟਿਕਦਾ, ਧਾਗਾ ਜਿਹੜਾ ਮਾਲਾ ਵਿੱਚ ਟਿਕ ਜਾਂਦਾ, ਫਿਰ ਉੱਥੇ ਮਣਕੇ ਤਾਂ ਹਿੱਲ ਸਕਦੇ ਨੇ, ਧਾਗਾ ਨਹੀਂ ਹਿੱਲਦਾ। ਗੁਰੂ ਕਹਿੰਦੇ ਨੇ ਮੈਂ ਆਪਣੇ ਰੱਬ ਨੂੰ ਇਹਨੂੰ ਪਛਾਣੇ ਹੈ, ਪਰ ਪਛਾਣੇ ਗੁਰੂ ਦੇ ਰਾਹੀਂ। ਮੈਂ ਕੀ ਵੇਖਿਆ? ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਿਹਾ ਸਮਾਈ, ਉਹਦੇ ਵਿੱਚ ਸਹਿਜ ਵਿੱਚ ਸਮਾ ਗਿਆ। ਹੁਣ ਸਹਿਜ ਨਾਮ ਜੋਗਦਾ, ਉਹਦੇ ਵਿੱਚ ਸਹਿਜ ਵਿੱਚ ਸਮਾ ਗਿਆ। ਸਗਲ ਜੋਤ ਇਨ ਹੀਰੇ ਬੇਦੀ, ਜਿੰਨੇ ਵੀ ਸੰਸਾਰ ਦੇ ਜੀਵ ਨੇ ਉਹਨਾਂ ਜੋਤਾਂ ਨੂੰ ਹੀਰਿਆਂ ਨੇ ਵੇਧਿਆ, ਐਵੇਂ ਨਹੀਂ ਵੇਧਿਆ ਜਾ। ਜਿਹੜਾ ਜੀਵ ਆਤਮਾ ਹੀਰੇ ਨੂੰ ਨਾ ਪਛਾਣ ਸਕੇ, ਉਹਦੇ ਅੰਦਰ ਕਦੀ ਪਰਮਾਤਮਾ ਦਾ ਤੇ ਉਸ ਜੋਤ ਦਾ ਪ੍ਰਵੇਸ਼ ਹੀ ਨਹੀਂ ਹੁੰਦਾ। ਪਰ ਕਹਿਣ ਲੱਗੇ ਇਸ ਗੱਲ ਦਾ ਪਤਾ ਮੈਨੂੰ ਗੁਰੂ ਕੋਲੋਂ ਲੱਗਾ, ਨਹੀਂ ਤੇ ਮੈਂ ਵੀ ਜੀਵਨ ਗੁਜ਼ਾਰ ਰਿਹਾ ਸੀ, ਰੱਬ ਵੀ ਸੀ ਜੋਤ ਰੂਪ, ਮੇਰੇ ਅੰਦਰ ਵੀ ਜੀਵਨ ਦੀ ਜੋਤ ਜਗ ਰਹੀ ਸੀ। ਦੋਨੋਂ ਆਪਣੇ ਆਪਣੇ ਥਾਵੇਂ ਸਨ, ਪਰ ਮੈਂ ਬੇਖਬਰ ਸਨ, ਸੰਸਾਰ ਅੰਦਰ ਜੀਵ ਰਿਹਾ ਸਨ। ਪਰ ਰੱਬ ਕੀ ਹੈ, ਉਸ ਪਰਮਾਤਮਾ ਦੀ ਜੋਤ ਕੀ ਹੈ, ਮੇਰੇ ਅੰਦਰ ਦੀ ਜਾਗ ਰਹੀ ਜੀਵਨ ਦੀ ਜੋਤ ਕੀ ਹੈ, ਮੈਨੂੰ ਕੋਈ ਅਹਿਸਾਸ ਵੀ ਨਹੀਂ ਸੀ। ਇਹ ਸਾਰਾ ਅਹਿਸਾਸ ਮੈਨੂੰ ਗੁਰੂ ਨੇ ਕਰਾਇਆ। ਸਗਲ ਜੋਤ ਨਹੀਂ ਸਤਿਗੁਰ ਬਚਨੀ ਮੈਂ ਪਾਈ, ਹਰ ਕੀ ਕਥਾ ਅਨਾਦ ਬਾਣੀ, ਹੰਸ ਹੋਏ ਹੀਰਾ ਲੈ ਪਛਾਨੀ। ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮੇਰਾ ਸਮਾਈ। ਜਦੋਂ ਮੈਂ ਹੁਣ ਹੀਰੇ ਦੀ ਪਰਖ ਕਰ ਲਈ, ਹੁਣ ਮੈਨੂੰ ਸਾਰੇ ਸੰਸਾਰ ਵਿੱਚ ਹੀ ਉਹ ਹੀਰਾ ਦਿਸਣ ਲੱਗ ਪਿਆ, ਸਾਰੇ ਸੰਸਾਰ ਵਿੱਚ। ਸਿੰਘ ਟੁਕਾਈ ਸੀ ਕਿ ਪੌੜੀ ਸਤਿਗੁਰ ਵਿੱਚੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨੇ ਹਾਲਿਆ। ਹੁਣ ਮੈਂ ਇਹਨਾਂ ਨੇਤਰਾਂ ਨਾਲ ਜਦੋਂ ਸਾਰੇ ਜੱਗ ਨੂੰ ਵੇਖਿਆ ਤਾਂ ਕੀ ਵੇਖਿਆ? ਤਾਂ ਸਾਰੇ ਹੀ ਰਹਿ ਬਾਣੀ ਬਾਬਾ ਫਰੀਦ ਨੇ ਆਖਰੀ ਲਾਈਨ ਕਿਉਂ ਕਰਤੀ? ਕਹਿਣਗੇ ਸਭਨਾ ਮਨ ਮਾਣਕ, ਜਿੰਨੇ ਸੰਸਾਰ ਦੇ ਜੀਵ ਨੇ ਕਦੇ ਤੈਨੂੰ ਗੁਰੂ ਬੁਝਾ ਦੇਵੇ, ਪਛਾਣ ਕਰਾ ਦੇਵੇ, ਤੈਨੂੰ ਸਾਰਿਆਂ ਵਿੱਚ ਹੀ ਰੱਬ ਦਿਸਣ ਲੱਗ ਪਵੇ, ਫਿਰ ਤੂੰ ਕਿਸੇ ਦਾ ਦਿਲ ਨਾ ਦੁਖਾਏ, ਫਿਰ ਤੈਨੂੰ ਕੋਈ ਦੁਸ਼ਮਣ ਨਾ ਦਿਸੇ। ਸਾਹਣ ਸਭਨਾ ਮਨ ਮਾਣਕ, ਹਰ ਮੂਲ ਮਚਾਗਵਾ, ਜੇ ਤਾਂ ਕਿਰਿਆ ਦੀ ਸਿੱਖ ਉਦੋਂ ਤੈਨੂੰ ਪਤਾ ਲੱਗੇ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦੇ ਤਾਂ ਕਿਸੇ ਦਾ ਦਿਲ ਨਾ ਦੁਖਾਈ। ਜਿਹਦਾ ਦਿਲ ਦੁਖਾਏਗਾ ਸਮਝੋ ਰੱਬ ਨੂੰ ਦੁਖਾਏਗਾ, ਕਿਉਂਕਿ ਰੱਬ ਤੈਨੂੰ ਉਹਦੇ ਵਿੱਚ ਦਿਸ ਪਏਗਾ। ਕਹਿਣ ਲੱਗੇ ਸਭਨਾ ਮਨ ਮਾਣਕ, ਸਾਹਣ ਮੂਲ ਮਚਾਗਵਾ, ਜੇ ਤੋ ਕਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ, ਕਿਸੇ ਦੇ ਹਿਆਉ ਹਿਰਦੇ ਨੂੰ ਠੋਕਰ ਨਾ ਮਾਰੀ, ਮਤ ਰੱਬ ਨੂੰ ਠੋਕਰ ਵੱਜ ਜਾਏਗਾ। ਗੁਪਤਾ ਹੀਰਾ ਪ੍ਰਗਟ ਹੈ, ਕਹਿਣ ਲੱਗੇ
ਜਦੋਂ ਇਹ ਕਿਰਪਾ ਹੋਈ ਹੰਸ ਹੋਏ ਹੀਰਾ ਲੈ ਪਛਾਣੀ ਦੀ ਤੇ ਹੁਣ ਮੈਨੂੰ ਕੀ ਦਿਸਿਆ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਹਾ ਮੈਨੂੰ ਹੀਰੇ ਦੀ ਪਛਾਣ ਵੀ ਹੋ ਗਈ ਭਾਵ ਰੱਬ ਦੀ ਪਛਾਣ ਮੈਨੂੰ ਗੁਰੂ ਨੇ ਕਰਾਈ ਨਾਮ ਭਾਵ ਰੱਬ ਜੋ ਜੋਤ ਰੂਪ ਹੋ ਕੇ ਜਿਹਨੂੰ ਜੋਤ ਨੇ ਹੀ ਅਭੇਦ ਹੋਣਾ ਹੈ ਜਿਹਦੇ ਵਿੱਚ ਉਹ ਜੋਤ ਰੂਪ ਹੋ ਕੇ ਸੰਸਾਰ ਵਿੱਚ ਹੀਰੇ ਰੂਪ ਵਿਚਰ ਰਿਹਾ ਸੀ ਮੈਨੂੰ ਪਛਾਣ ਕੋਈ ਨਹੀਂ ਸੀ ਜਦੋਂ ਵੀ ਮੈਨੂੰ ਗੁਰੂ ਨੇ ਪਛਾਣ ਕਰਾਈ ਹੁਣ ਮੈਨੂੰ ਪਤਾ ਲੱਗਾ ਵੀ ਉਹ ਤੇ ਸਾਰੇ ਜੋਤਾਂ ਵਿੱਚ ਹੀ ਬੈਠਾ ਜਗਮੇ ਰਹਾ ਸਮਾਜ ਹਰ ਪਾਸੇ ਉਹ ਹੀਰਾ ਹਰ ਹਿਰਦਾ ਹੀ ਉਹ ਹੀਰਾ ਇਸ ਲਈ ਹੁਣ ਮੇਰਾ ਉਹ ਹੀਰਾ ਜਿਹੜਾ ਅੱਗੇ ਹੁਣ ਤੱਕ ਅਗਿਆਨਤਾ ਵਿੱਚ ਗੁਪਤ ਬੈਠਾ ਸੀ ਹੁਣ ਪ੍ਰਗਟ ਹੋ ਗਿਆ ਹੀਰਾ ਦੇਖਿਆ ਜਗ ਮੈਂ ਰਹਾ ਅਭੇਦ ਹੋਣਾ ਹੈ ਜੋਤੀ ਅੰਦਰ ਜੋਤ ਸਮਾਈ ਇਸ ਲਈ ਜੋਤ ਨੇ ਹੀ ਜੋਤ ਵਿੱਚ ਅਭੇਦ ਹੋਣਾ ਹੈ ਤੇ ਜਦੋਂ ਜੋਤ ਜੋਤ ਵਿੱਚ ਅਭੇਦ ਹੋਵੇਗੀ ਮਨ ਜਿਹੜਾ ਚੰਚਲ ਹੈ ਉਹ ਟਿਕਾਓ ਵਿੱਚ ਆ ਕੇ ਧਾਗੇ ਦਾ ਰੂਪ ਧਾਰਨ ਕਰ ਲਏਗਾ ਮਨ ਚੰਚਲ ਹੈ ਉਹ ਸਹਿਜ ਯੋਗ ਵਿੱਚ ਆ ਜਾਏਗਾ ਸਮਾਧ ਵਿੱਚ ਆ ਜਾਏਗਾ ਇਸ ਲਈ ਹੁਣ ਬਦਲ ਗਿਆ ਹੈ ਮਨ ਵੀ ਪਵਨ ਮਨ ਸਹਿਜੇ ਰਿਹਾ ਸਮਾਈ ਉਹ ਪਵਨ ਵਰਗਾ ਮਨ ਜਿਹੜਾ ਚੰਚਲ ਸੀ ਉਹ ਸਹਿਜ ਵਿੱਚ ਆ ਗਿਆ ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਿਹਾ ਸਮਾਈ ਸਗਲ ਜੋਤ ਇਹ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਏ ਹਰ ਕੀ ਕਥਾ ਅਨਾਥ ਬਾਣੀ ਹੰਸ ਹੋਏ ਹੀਰਾ ਦੇ ਪਛਾਣੀ ਕਹਿਣ ਲੱਗੀ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਿਹਾ ਸਮਾਈ ਹੁਣ ਮੈਨੂੰ ਹਰ ਪਾਸੇ ਹੀਰਾ ਦਿਸਣ ਲੱਗ ਪਿਆ ਰੱਬ ਹਰ ਪਾਸੇ ਦਿਸਣ ਲੱਗ ਪਿਆ ਕੋਈ ਮੇਰਾ ਦੁਸ਼ਮਣ ਨਾ ਰਿਹਾ ਕਿਸੇ ਨੂੰ ਠਾਹਣ ਮੂਲ ਮਚਾਂਗਵਾ ਵਾਲੀ ਸ਼ਰਤ ਮੇਰੇ ਤੇ ਲਾਗੂ ਹੋ ਗਈ ਕਹਿਣ ਲੱਗੇ ਪਰ ਉਹ ਰਾਜ ਗੁਪਤ ਜਿਹੜਾ ਬਣਿਆ ਹੋਇਆ ਸੀ ਮੈਨੂੰ ਗੁਰੂ ਨੇ ਦਿਖਾਇਆ ਪ੍ਰਗਟ ਉਹਨੇ ਕੀਤਾ ਗੁਪਤਾ ਹੀਰਾ
ਪ੍ਰਗਟ ਭਇਓ ਜਬ ਗੁਰੂ ਗੰਭੀਰ ਦਿਖਾਈ। ਗੁਰੂ ਬਖਸ਼ਿਸ਼ ਕਰੇ ਅਵਸਥਾ ਗੁਰੂ ਦੀ ਅਗਵਾਈ ਵਿੱਚ ਐਸੀ ਬਣ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਕੇ ਖਾਸ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।